ਕਿੱਦਾਂ ਘੈਂਟ ਹੋ ਸਾਰੇ? ਓਕੇ, ਜੋ ਪੰਜਾਬੀ ਨਹੀਂ ਸਮਝ ਪਾਤੇ, ਇਹ ਕਿੱਦਾਂ ਘੈਂਟ ਹੋ ਸਾਰੇ ਕਾ ਮਤਲਬ ਕਿਆ ਹੈ? ਇਸਕਾ ਹਿੰਦੀ ਮੇਂ ਮਤਲਬ ਹੈ ਕੈਸੇ ਹੋ, ਠੀਕ ਠਾਕ ਹੋ ਸਭੀ, ਘੈਂਟ ਹੋ ਮੀਨਸ ਔਸਮ ਹੋ ਸਭੀ, ਬਾਕੀ ਕਿੱਦਾਂ ਘੈਂਟ ਹੋ ਸਾਰੇ। ਆਜ ਆਪਾਂ ਇੱਕ ਐਸਾ ਕੰਮ ਕਰਨੇ ਜਾ ਰਹੇ ਹਾਂ ਜੋ ਆਪਾਂ ਨੇ ਕਮ ਸੇ ਕਮ ਵੀ 4 ਸਾਲ 5 ਸਾਲ ਪਹਿਲੇ ਕੀਆ ਹੋਗਾ, ਔਰ ਬਸ ਵੋ ਵੀ ਕਬ, ਜਬ ਮੈਂ ਆਸਟ੍ਰੇਲੀਆ ਮੇਂ ਥਾ। ਵਹਾਂ ਪੇ ਕਿਆ ਹੋਤਾ ਥਾ ਕਿ ਜਬ ਵਹਾਂ ਪੇ ਕੁਕਿੰਗ ਕਰਦੇ ਥੇ ਤਾਂ ਮੁਝਸੇ ਵਹਾਂ ਵੀ ਕੁਕਿੰਗ ਨਹੀਂ ਕਰਵਾਤੇ ਥੇ ਜੋ ਮੇਰੇ ਸਾਥ ਲੜਕੇ ਰਹਤੇ ਥੇ। ਇੱਕ ਤਾਂ ਮੈਂ ਘਰ ਮੇਂ ਸਬਸੇ ਛੋਟਾ ਹੋਤਾ ਥਾ, ਊਪਰ ਸੇ ਕਿਆ ਹੋਤਾ ਥਾ ਕਿ ਜੋ ਮੇਰੀ ਡਿਊਟੀ ਲਗੀ ਹੋਤੀ ਵੋ ਡਿਊਟੀ ਲਗੀ ਹੋਤੀ ਥੀ ਜਬ ਯੇ ਰੋਟੀਆਂ ਸਿੱਕ ਰਹੀ ਹੋਤੀ ਥੀ ਉਨਕੇ ਊਪਰ ਘੀ ਲਗਾਨਾ ਹੋਤਾ ਥਾ, ਔਰ ਮੈਂ ਵੀ ਘੀ ਉਲਟੀ ਸਾਈਡ ਲਗਾ ਦੇਤਾ ਥਾ, ਔਰ ਮੈਂ ਸਦਾ ਰੋਟੀ ਦੀ ਵੀ ਕੋਈ ਸਿੱਧੀ ਸਾਈਡ ਹੁੰਦੀ ਹੈ ਹਿੰਦੀ ਮੇਂ, ਕੋਈ ਰੋਟੀ ਕੀ ਵੀ ਕੋਈ ਸਿੱਧੀ ਸਾਈਡ ਹੁੰਦੀ ਹੈ, ਤੋ ਵੋ ਮੁਝਸੇ ਵੋ ਵੀ ਨਹੀਂ ਕਾਮ ਕਰਾਤੇ ਥੇ। ਫਿਰ ਉਸਕੇ ਬਾਅਦ ਜੋ ਮੇਰੀ ਘਰ ਪੇ ਡਿਊਟੀ ਲਗੀ ਵੋ ਲਗੀ ਥੀ ਬਰਤਨ ਮਾਂਜਨੇ ਕੀ, ਸਾਰੇ ਰੋਟੀ ਖਾ ਕੇ ਫ੍ਰੀ ਹੋ ਜਾਤੇ ਥੇ ਔਰ ਮੈਂ ਸਭ ਕੇ ਬਰਤਨ ਮਾਂਜਤਾ ਹੋਤਾ। ਯੇ ਹੈ ਕੁਛ ਆਸਟ੍ਰੇਲੀਆ ਕੀ ਕਹਾਣੀਆਂ। ਐਕਚੁਲੀ ਮੈਂ ਵਲੌਗ ਦੇ ਆਸਟ੍ਰੇਲੀਆ ਆਸਟ੍ਰੇਲੀਆ ਇਤਨਾ ਜ਼ਿਆਦਾ ਇਸ ਲਈ ਕਰਤਾ ਕਿਉਂਕਿ ਜੋ ਮੇਰੀ ਪਰਸਨਲ ਗਰੋਥ ਹੋਈ ਹੈ ਨਾ, ਜੋ ਮੈਂ ਰੀਅਲ ਮੇਂ ਗਰੋ ਹੁਆ ਹੂੰ, ਕਿਉਂਕਿ +2 ਤੱਕ ਤਾਂ ਮੈਂ ਚੂਚਾ ਸਾ ਹੋਤਾ ਥਾ, ਵੋ ਇੱਕ ਇੱਕ ਬੱਚਾ ਜੋ ਏਕਦਮ ਸੇ ਫਿਰੋਜ਼ਪੁਰ ਸੇ ਨਿਕਲ ਕੇ ਆਸਟ੍ਰੇਲੀਆ ਚਲਾ ਗਿਆ, ਰਾਈਟ। ਐਂਡ ਜੋ ਮੇਰੀ ਪਰਸਨਲ ਗਰੋਥ ਹੋਈ ਹੈ, ਜੋ ਮੇਰੀ ਸਾਰੀ ਕਹਾਣੀਆਂ, ਜੋ ਐਕਸਪੀਰੀਅੰਸ ਹੋਏ ਲਾਈਫ ਸੇ, ਜੋ ਆਪਣੇ ਆਪ ਕੋ ਪਹਿਚਾਨਾ, ਵੋ ਸਾਰਾ ਹੁਆ ਹੈ ਮੇਰਾ ਆਸਟ੍ਰੇਲੀਆ ਮੇਂ। ਇਸ ਲਈ ਮੇਰੇ ਮੂੰਹ ਨਾ ਆਸਟ੍ਰੇਲੀਆ ਆਸਟ੍ਰੇਲੀਆ ਜ਼ਿਆਦਾ ਨਿਕਲਦਾ, ਫੂਕਰੀ ਨਹੀਂ ਮਾਰੀ ਦੀ ਆਪਾਂ, ਠੀਕ ਹੈ। ਕਾਮ ਕਿਆ ਕਰੇਂਗੇ, ਕਾਮ ਆਪਾਂ ਇਹ ਕਰੇਂਗੇ ਜਿਸ ਕਾਮ ਸੇ ਮੇਰੇ ਸਬਸੇ ਜ਼ਿਆਦਾ ਨਫ਼ਰਤ ਹੈ, ਵੋ ਹੈ ਕੁਕਿੰਗ। ਆਈ ਹੇਟ ਕੁਕਿੰਗ। ਲੇਕਿਨ ਆਜ ਯੇ ਪੰਗਾ ਕਿਉਂ ਲਿਆ ਜਾ ਰਿਹਾ ਹੈ, ਆਜ ਯੇ ਪੰਗਾ ਇਸ ਲਈ ਲਿਆ ਜਾ ਰਿਹਾ ਹੈ ਕਿਉਂਕਿ ਤੁਹਾਨੂੰ ਪਤਾ ਮੈਂ ਅਕੇਲਾ ਰਹਿਤਾ ਹੂੰ, ਔਰ ਅਬ ਮੈਨੇ ਕਰ ਲਈ ਹੈ ਜਿਮ ਜੁਆਇਨ। ਲੇਕਿਨ ਯੇ ਹੈ ਮੇਰੀ ਪਹਿਲੇ ਕੀ ਬੋਡੀ, ਲੇਕਿਨ ਇਸਕੇ ਬਾਅਦ ਮੇਰੇ ਇੱਕ ਸ਼ੋਲਡਰ ਇੰਜਰੀ ਹੋ ਗਈ ਥੀ, ਮੇਰਾ ਸ਼ੋਲਡਰ, ਯੇ ਵਾਲਾ ਸ਼ੋਲਡਰ ਡਿਸਲੋਕੇਟ ਹੋ ਗਿਆ ਥਾ। ਐਂਡ ਦੈਨ ਉਸਕੇ ਬਾਅਦ ਆਪਣਾ ਜਿਮ ਛੋੜ ਦੀ, ਕਿਤਨੇ ਮਹੀਨੇ ਮੈਨੇ ਜਿਮ ਹੀ ਨਹੀਂ ਕੀ, ਦੈਨ ਉਸਕੇ ਬਾਅਦ ਮੇਰਾ ਯੇ ਟ੍ਰੀਟਮੈਂਟ ਆ ਗਿਆ, ਹੇਅਰ ਟ੍ਰੀਟਮੈਂਟ ਆ ਗਿਆ, ਉਸਸੇ ਵੀ ਪਹਿਲੇ ਜਿਮ ਛੋੜ ਦੀ, ਦੈਨ ਬਾਅਦ ਮੇਂ ਵੀ ਨਹੀਂ ਜਿਮ ਕੀ। ਐਂਡ ਦੈਨ ਹਮਾਰਾ ਫੈਨ ਫੈਸਟ ਵਗੈਰਾ ਆ ਗਿਆ, ਯੇ ਸਾਰਾ ਸੀਨ ਹੋ ਗਿਆ। ਐਂਡ ਉਸਕੇ ਕਾਰਨ ਜੋ ਹਮਾਰੀ ਬੋਡੀ ਟਾਈਪ ਥੀ ਵੋ ਮਸਕੂਲਰ ਸੇ ਸਲਿਮ ਆਈ, ਦੈਨ ਸਲਿਮ ਸੇ ਸਕਿਨੀ ਹੋ ਗਈ ਹੈ। ਅਬ ਆਪਾਂ ਨੇ ਪੂਰਾ ਦ੍ਰਿੜ ਸੰਕਲਪ ਲੈ ਕੇ ਦੁਬਾਰਾ ਜਿਮ ਸਟਾਰਟ ਕੀਆ, ਐਂਡ ਉਸਕੇ ਲਈ ਮੈਂ ਪੰਗੇ ਲੈ ਰਹਾ ਹੂੰ। ਤੋ ਆਜ ਆਪਾਂ ਬਣਾਏਂਗੇ ਬਰਾਊਨ ਰਾਈਸ। ਅਬ ਬਣੇਗੇ ਕੈਸੇ ਵੋ ਮੁਝੇ ਨਹੀਂ ਪਤਾ, ਲੇਕਿਨ ਆਪਾਂ ਕੁਛ ਤੋਂ ਕਾਂਡ ਕਰੇਂਗੇ। ਕਾਂਡ ਹਿੰਦੀ ਵਰਡ ਹੈ, ਪੰਜਾਬੀ ਵਰਡ ਹੈ, ਵਟ ਐਵਰ, ਕੁਛ ਤੋਂ ਆਪਾਂ ਇਸਕਾ ਕਰੇਂਗੇ। ਬਣਾਉਣੇ ਕੈਸੇ ਹੈ ਯੇ ਮੁਝੇ ਸੱਚ ਮੇਂ ਨਹੀਂ ਪਤਾ ਕਿ ਇਸਕਾ ਪਹਿਲਾ ਸਟੈਪ ਵੀ ਕਿਆ ਹੈ, ਲੇਕਿਨ ਆਪਾਂ ਇਸਕੀ ਯੂਟਿਊਬ ਪੇ ਵੀਡੀਓ ਦੇਖੇਂਗੇ। ਔਰ ਜਿਸ ਯੂਟਿਊਬਰ ਸੇ ਮੈਂ ਮਿਲਾ ਹਾਂ ਜੋ ਐਸੇ ਕਿਚਨ ਕੇ ਰਿਲੇਟਿਡ ਸਟੱਫ ਬਣਾਤੇ ਹੈ, ਵੋ ਹੈ ਕਵਿਤਾਸ ਕਿਚਨ, ਬਹੁਤ ਹੀ ਸਹੀ ਚੈਨਲ ਹੈ ਉਨਕਾ। ਉਨਕੋ ਪਰਸਨਲੀ ਮੁੰਬਈ ਮੇਂ ਮਿਲਾ ਥਾ, ਉਨਕੀ ਇੱਕ ਜੋ ਨੇਚਰ ਹੈ ਨਾ ਵੋ ਬਹੁਤ ਜ਼ਿਆਦਾ ਅੱਛੀ ਹੈ। ਕਰੀਏ ਫਿਰ ਸ਼ੁਰੂ ਆਤ, ਚਲੋ। ਮੈਨੇ ਅਭੀ ਵੀਡੀਓ ਦੇਖੀ ਕਿ ਬਰਾਊਨ ਰਾਈਸ ਕੋ ਕੁੱਕ ਕੈਸੇ ਕਰਨਾ ਹੈ। ਵੈਸੇ ਤਾਂ ਇਤਨਾ ਲੰਬਾ ਚੌੜਾ ਕਾਮ ਹੈ ਵੀ ਨਹੀਂ, ਲੇਕਿਨ ਸਭਸੇ ਜ਼ਿਆਦਾ ਹੱਸੀ ਮੁਝੇ ਇਸ ਬਾਤ ਪੇ ਆਈ ਕਿ ਮੈਂ ਸੋਚ ਕੇ ਬੈਠਾ ਥਾ ਕਿ ਕੜਾਈ ਮੇਂ ਰਾਈਸ ਬਣਤੇ ਹੋਂਗੇ, ਲੇਕਿਨ ਯੇ ਕਵਿਤਾ ਮੈਮ ਨੇ ਦੇਖ ਬਤਾਇਆ ਕਿ ਕੁੱਕਰ ਮੇਂ ਬਣਤੇ ਹੈ। ਕਰਤਾ ਹੂੰ, ਪਹਿਲੇ ਹਮ ਲੇਂਗੇ ਕੁੱਕਰ, ਕੁੱਕਰ ਮੇਂ ਹਮ ਡਾਲੇਂਗੇ। ਬਸ ਆਪਾਂ ਵੀ ਚੈਨਲ ਖੋਲਣਾ ਨਾ, ਕੁਕਿੰਗ ਚੈਨਲ। ਕਵਿਤਾ ਮੈਮ ਆਪਕਾ ਕੰਪਟੀਸ਼ਨ ਤਿਆਰ ਹੋ ਰਿਹਾ ਹੈ। ਉਸ ਕੁੱਕਰ ਮੇਂ ਆਪਾਂ ਡਾਲੇਂਗੇ ਜਿਤਨੇ ਵੀ ਰਾਈਸ ਆਪਣੇ ਕੋ ਬਣਾਉਣੇ ਹੈ। ਮੈਂ ਫਿਲਹਾਲ ਇੱਕ ਕੋਲੀ ਬਣਾ ਕੇ ਦੇਖਤਾ ਹੂੰ। ਇਹ ਆਪਾਂ ਨੇ ਇੱਕ ਕੋਲੀ ਰਾਈਸ ਡਾਲ ਦੀਏ, ਐਂਡ ਦਿਮਾਗ ਦੇਖੋ ਮੇਰਾ, ਇਸ ਕੋਲੀ ਕਿਤੇ ਢੱਕਣ ਕੋ ਬੰਦ ਕਰ। ਅਬ ਪਾਣੀ ਕਿਤਨਾ ਡਾਲਣਾ ਥਾ, 2 ਮਿੰਟ ਦੁਬਾਰਾ ਦੇਖ ਲਓ। ਓਕੇ, ਪਾਣੀ ਉਤਨਾ ਡਾਲਣਾ ਹੈ। ਅਗਰ ਰਾਈਸ ਯੇ ਇੱਕ ਕੋਲੀ ਡਾਲੀਏ ਤਾਂ ਇਸਕੇ 2 ਕੋਲੇ ਆਪਾਂ ਨੇ ਪਾਣੀ ਡਾਲ। ਅਭੀ ਇਸਮੇ ਹਮ ਡਾਲੇਂਗੇ ਨਮਕ, 1/3 ਟੇਬਲ ਸਪੂਨ ਉਹਨਾਂ ਬੋਲਾ ਹੈ। ਮਿਲਾ ਦੇ ਇਸੇ। ਅੱਛਾ, ਮਿਲਾ ਦੇ ਇਸੇ। ਮੀਡੀਅਮ ਫਲੇਮ ਪੇ 8 ਸੀਟੀ ਪਕਾਨਾ ਹੈ। ਹਮਾਰਾ ਲਾਈਟਰ ਕਹਾਂ ਹੈ ਹਮੇ ਯਹੀ ਨਹੀਂ ਪਤਾ। ਜਸਟ ਇਮੈਜਿਨ ਕਿ ਮੇਰਾ ਘਰ ਹੈ ਔਰ ਮੁਝੇ ਯੇ ਨਹੀਂ ਪਤਾ ਕਿ ਲਾਈਟਰ ਕਹਾਂ ਰੱਖਿਆ ਮੈਂ। ਮਿਲ ਗਿਆ। ਬਚਪਨ ਮੈਂ ਕਿਆ ਹੋਇਆ ਕਿ ਇੱਕ ਵਾਰ ਮੇਰੀ ਮੰਮੀ ਨੇ ਨਾ, ਜੈਸੇ ਹਰ ਕਿਸੀ ਕੀ ਮੰਮੀ ਐਸੇ ਹੀ ਕਰਤੀ ਹੈ ਨਾ, ਇਤਨੀ ਸੀਟੀ ਬਣ ਜਾਏਗੀ ਤਾਂ ਕੁੱਕਰ ਖੋਲ ਦਿਓ, ਕੁੱਕਰ ਬੰਦ ਕਰ ਦਿਓ, ਗੈਸ ਬੰਦ ਕਰ ਦਿਓ। ਇੱਕ ਵਾਰ ਮੇਰੀ ਮਾਤਾ ਸ਼੍ਰੀ ਨੇ ਬੋਲਾ, ਰਿਸ਼ੀ, ਮਾਤਾ ਸ਼੍ਰੀ ਮੇਰੇ ਸਕੂਲ ਮੇਂ ਪੜ੍ਹਾਤੇ ਹੈ, ਇੱਕ ਵਾਰ ਮੇਰੀ ਮਾਤਾ ਸ਼੍ਰੀ ਨੇ ਬੋਲਾ, ਰਿਸ਼ੀ ਇਤਨੀ ਸੀਟੀ ਬਣ ਜਾਏਗੀ, ਗੈਸ ਬੰਦ ਕਰ ਦਿਓ ਔਰ ਕੁੱਕਰ ਖੋਲ ਕੇ ਅੰਦਰ ਚਾਵਲ ਪਲਾਓ ਬਣਾ ਖਾ ਲਿਓ। ਗੈਸ ਤਾਂ ਆਪਾਂ ਨੇ ਬੰਦ ਕਰ ਦੀ, ਲੇਕਿਨ ਆਪਣੇ ਕੋ ਕੁੱਕਰ ਖੋਲਣਾ ਨਾ ਆਏ। ਜਬ ਸ਼ਾਮ ਕੋ ਮੰਮੀ ਸਕੂਲ ਸੇ ਆਏ ਤਬ ਯੂਟਿਊਬ ਵਗੈਰਾ ਇਤਨੀ ਚਲਤੀ ਨਹੀਂ ਥੀ।
जब मम्मी स्कूल से आए, हाँ मम्मी ने पूछा चावल खा ले सी, मैं कहा नहीं जी मैं तो कुकर नहीं खुलया। अब तो चलो एटलीस्ट तुम्हारे भाई को कुकर खोलना तो आता है। मीडियम फ्लेम पे आठ सीटी पकाएंगे। मीडियम फ्लेम पे किया मैंने। मीडियम फ्लेम ठीक है, आठ सीटियां ते अपना पहला मिशन सक्सेसफुल होता है या नहीं वो टेस्ट करके कौन बताएगा। ऑब्वियस मैं अकेला हूँ घर पे तो मैं ही बताऊंगा। सरी को फ़ोन करते हैं और उसको बताते हैं कि हमने चार पाँच साल बाद कुकिंग की है, देखते हैं उसका रिएक्शन क्या है। पहली बार तो फ़ोन उठाएगी तब ना। हेलो हेलो, तुम्हें बिलीव नहीं होगा कि अभी मैंने क्या किया। मैं ब्राउन राइस बना रहा हूँ। मैं आठ सीटियां बजने की वेट कर रहा हूँ, आप कह रहे हो मैं बिलीव नहीं कर रही। आठ सीटियां बजती हैं यूट्यूब पे मैंने देखा है। किसको आठ सीटियां बजती हैं? तेरे को बड़ा कुकिंग आती है। एक रूल होता है जिस एक सीटी आ गई पहली सीटी आ गई वो थोड़ी सी आ गई, मुझे खुशी हो रही है पहली सीटी आ गई। देखो यस ये आगी 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 मुंह पहना आ जाए। दोगी तीन चार पांच छह सात आठ आगी आठ। अब अपन इसको कर देते हैं बंद, आठ सीटियां हो गई अपनी, और इसको थोड़ा ऐसे ही रहने देते हैं, फिर इसको अपन ढक्कन खोलेंगे इसका, देन फिर देखेंगे अपन ने क्या गुण खिलाए हैं, खाने लायक भी बनाए हैं या नहीं बनाए हैं। वैसे मुझे कुकिंग पसंद नहीं है, लेकिन जस्ट बिकॉज कि मैं ना आपके साथ कर रहा हूँ, कैमरा पे कर रहा हूँ, तो वो मुझे ना बड़ा एक फन सा लग रहा है। हालांकि ये बनाना तो बहुत ईजी था यार, इतना भी मुश्किल नहीं था। अगली बार अपन कुछ मुश्किल ट्राई करेंगे। आई वॉन्ट टू फेस माई बस 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 ओ जादू। देखते हैं खोल के इसको, थोड़ी देर ऐसे ही रखे रहते हैं फिर खोल के देखते हैं। अभी मैंने इसको कम से कम भी 10 मिनट रखा है, लाइटिंग काफ़ी चेंज हो गई ना, इसलिए सूरज बिल्कुल सीधा आ गया इसलिए लाइटिंग बहुत चेंज हो गई है। तो फटाफट इसको खोलते हैं फिर यहाँ से चलते हैं। भाई दिखने में तो सही लग रहे हैं, मेरे हिसाब से ये बन चुके हैं, क्योंकि मैंने इसको ऐसे दबा के देखा तो वो ठीक बने हुए हैं, लेकिन फिर भी ना वो पता नहीं क्यों एक वो वाली फीलिंग नहीं आ रही यार, अच्छी वाली फीलिंग नहीं आ रही, वो परफेक्ट वाली फीलिंग नहीं आ रही। उसके भी ये ना थोड़े चिपचिपे से बने हैं, अब मैं इनको दही के साथ खा के देखता हूँ। ये है हमारी चार साल के बाद हमने जो कुकिंग की है, कुछ हमने कुछ करने की कोशिश की है, उसका पहला चम्मच मुंह में जाता हुआ सही बने हैं यार ये तो। बस इसमें ये है कि वो एक्सपर्ट वाला टच नहीं है कि जो मम्मी के हाथों के चावल खाने का आता है, कि उसमें तो आई थिंक जीरा वगैरह डाला होता है, आई थिंक कुछ हल्का सा मसाले मसूले डाले होते होंगे, थोड़े से ये अगर दही ना हो तो बिल्कुल टेस्टलेस लगेंगे। वाह 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 वाह, खाने लायक तो बने हैं, हालांकि टेस्टलेस हैं लेकिन फिर भी खाए जा सकते हैं, ज्यादा नहीं खाए जा सकते। एक और चीज जो मैं दिखाना चाहता हूँ, जो अपन ये बीक एंड की बैकग्राउंड के ऊपर काम कर रहे थे उसका सोफा बन के तैयार हो गया हुआ है। अब कुछ एक बैकग्राउंड जो हमने फाइनल की हुई है, जो हमने एक आइडिया के साथ ये सोफा बनवाया है, उसके ऊपर भी हम काम अगले 2 दिन में होगा। तो यानी कि बीक एंड की जो अगली वीडियो नहीं, उससे अगली जो वीडियो आएगी वो नई बैकग्राउंड नेम सेटअप के साथ आएगी, और मैं बहुत ज़्यादा एक्साइटेड हूँ। ये बैठ के बड़ा सही लग रहा है ना। ये तो अपना व्लॉग पसंद आया लाइक कमेंट शेयर एंड सब्सक्राइब। मिलते हैं अगले व्लॉग में कुछ नई खप लेके। अगले व्लॉग चुकी बनाइए। नहीं नहीं ज़्यादा कुकिंग नहीं करनी मैंने, मुझे कुकिंग पसंद नहीं है, तो सिर्फ ऐसे ही पंगा लिया था, देखते 4 साल बाद करके होता गया।